अच्छा दूजा कुछ लोग ऐ कहते हैं, कुछ लोग की बड़े ही लोग कहते हैं भी जेडे अपने पुराने खजाना मंत्री सीगे उन्होंने यारी पुगा गए, पुराने यार है इन्हों दे, है अच्छा जी। ना, भी उन्होंने कोई कार्रवाई की नहीं जेडे हिसाब ना रिपोर्टा हुई भी जेड़ा तुम दस भी बहुत खर्चा होंगे है ना इन्हों के आन जान से, तो जिम्मे हूँ ये चुपचाप जी आके चल गए फिर भी उन्ना ही खर्चा। खर्चा तो आए सी, ये सारा तंद जिहड़ी है ये जुड़ी हुई है जी तलवंडी नाल, अच्छा ये जुड़ी जुड़ी हुई है रिफाइनरी नाल, रामा मंडी रामा मंडी रिफाइनरी नाल। उत्थे कोई कपलाबाजी सी या उत्थे कोई सिस्टम सी या कोई चीज सी, अच्छा ओदे पिछे आई सी, उत्थे प्रोग्राम करना सी, लेकिन उस तो एक दिन पहला कोई घटना हो गई कोई। भगवंत मान ने ऐ कहा सीगा भी असी एक SIT बनावांगे असी ओदे ते तफ्तीश करांगे, ऐ नहीं कहा सी वैसे नतीजा कढांगे ते नहीं उन्होंने तफ्तीश कहा जो था, करी नहीं जांदे। उन्होंने कहा था तफ्तीश करा के लोगों को अंदर देवांगे। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਮਨਪਸੰਦ ਚੈਨਲ ਖਬਰੀ ਲਾਲ ਦੇ ਮਨਪਸੰਦ ਪ੍ਰੋਗਰਾਮ ਬੀਸੀ ਵਿਦ ਭਾਜੀ ਦੇ ਵਿੱਚ। ਅੱਛਾ ਭਾਜੀ ਲੈ ਕੇ ਆ ਗਏ ਆ ਜਾਣਕਾਰੀ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਇਕੱਠੀ ਕਰਨ ਗਏ ਆ ਤੇ ਇਕੱਠੀ ਕਰਕੇ ਲਿਆਏ ਆ ਜਾਣਕਾਰੀ, ਆ ਕੇ ਵੈਸੇ ਦੱਸਦੇ ਨਹੀਂ ਹੁੰਦੇ ਉਹ, ਮੈਨੂੰ ਜ਼ਖਮ ਅੱਲੇ ਕਰਨੇ ਪੈਂਦੇ ਆ ਨਾ, ਖਰੜ ਜਾ ਜਾਂਦਾ ਨਾਲ ਸਵਾਦ ਵੀ ਆਉਂਦਾ ਤੇ ਨਾਲੇ ਵਿੱਚੋਂ ਕੁਛ ਨਿਕਲਦਾ ਵੀ ਆ ਹਨਾ। ਤੇ ਭਾਜੀ ਨੂੰ ਆਪਾਂ ਪੁੱਛਦੇ ਆ ਮੁੱਦੇ, ਅੱਜ ਦੁੱਖ ਹੈਗੇ ਆ, ਵਾਰੀ ਵਾਰੀ ਕਰਕੇ ਗੱਲ ਕਰਦੇ ਆ ਆਪਾਂ। ਭਾਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਆ ਗਏ ਜੀ, ਆ ਗਏ ਜੀ। ਕਿਵੇਂ ਰਿਹਾ ਟੂਰ ਫਿਰ? ਵਧੀਆ ਰਿਹਾ ਜੀ, ਵਧੀਆ ਰਿਹਾ। ਹਾਂਜੀ ਹਾਂਜੀ, ਅੱਛਾ ਜਾਣਕਾਰੀ ਤਾਂ ਤੁਸੀਂ ਇਕੱਠੀ ਕਰਕੇ ਲਿਆ ਜੀ, ਹੁਣ ਮੈਨੂੰ ਲੱਗਦਾ ਪੁੱਛਣਾ ਮੈਨੂੰ ਹੀ ਪਊਗਾ ਕਿ ਆਪੇ ਦੱਸੋ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਅੱਛਾ ਤਾਜ਼ਾ ਜਿਹੜਾ ਅੱਜ ਦੀ ਨਿਊਜ਼ ਹੈਗੀ, ਅੱਜ ਦਾ ਮੁੱਦਾ ਹੈਗਾ, ਆਪਣੇ ਸੁਖਬੀਰ ਬਾਦਲ ਸਾਹਿਬ ਇਹਨਾਂ ਨੂੰ ਬੁਲਾਇਆ ਸੀਗਾ, ਸਿੱਟ ਵਾਲਿਆਂ ਨੇ ਸਿੱਟ ਕੀਤਾ ਉੱਥੇ ਇਹਨਾਂ ਨੂੰ, SIT ਸਿੱਟ, ਤੇ ਸਿੱਟ ਨੇ ਜਿਹੜੀ ਜਾਣਕਾਰੀ ਉਹਨਾਂ ਤੋਂ ਦਿੱਤੀ ਹੈ ਜਾਂ ਇਹਨਾਂ ਨੇ ਜੋ ਕੁਝ ਦੱਸਿਆ ਉਹਦੇ ਚੋਂ ਕੁਝ ਨਿਕਲਿਆ ਕਿ ਬਸ ਸਿੱਟ ਸਿੱਟ ਸਿੱਟ? ਦੇਖੋ ਜੀ, ਇਹ ਨਾ ਜਿਹੜਾ ਮੁੱਦਾ ਨਾ ਇਹ ਬਹੁਤ ਲੰਬਾ ਪੈ ਗਿਆ। ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਚੀਜ਼ ਵਾਸਤੇ ਸੁਖਬੀਰ ਬਾਦਲ ਨੂੰ ਫੜਿਆ ਜਾ ਰਿਹਾ ਕਿ ਉਸ ਵਕਤ ਇਹ ਮੁਖੀਆ ਸੀਗੇ ਪੁਲਿਸ ਦੇ ਹਾਂ ਮੁਖੀਆ, ਕਿਉਂਕਿ ਜਿਹੜਾ ਹੋਮ ਮਿਨਿਸਟਰ ਹੁੰਦਾ ਉਹ ਮੁਖੀਆ ਹੁੰਦਾ ਮੁਖਿਆ ਪੁਲਿਸ ਹੁੰਦਾ ਦਾ, ਬਿਲਕੁਲ। ਇਹ ਹੋਮ ਮਿਨਿਸਟਰ ਸੀ ਉਸ ਟਾਈਮ, ਠੀਕ ਹੈ, ਸਾਰਾ ਪੁਲਿਸ ਡਿਪਾਰਟਮੈਂਟ ਇਹਨਾਂ ਦੇ ਅੰਡਰ ਸੀਗਾ, ਡਿਪਟੀ ਚੀਫ ਮਿਨਿਸਟਰ ਸੀਗੇ, ਚਲੋ ਡਿਪਟੀ ਚੀਫ ਮਿਨਿਸਟਰ ਹੋਣ ਚਾਹੇ ਨਾ ਹੋਣ, ਹੋਮ ਡਿਪਾਰਟਮੈਂਟ ਤਾਂ ਜਿਹਦੇ ਕੋਲ ਹੁੰਦਾ ਉਹੀ ਜ਼ਿੰਮੇਵਾਰ ਹੁੰਦਾ ਇਹ, ਕਿਉਂਕਿ ਹੋਮ ਡਿਪਾਰਟਮੈਂਟ ਇਹਨਾਂ ਕੋਲ ਸੀਗਾ, ਇਸ ਕਰਕੇ ਲੋਕ ਇਹਨਾਂ ਦੀ ਇਹਨਾਂ ਤੇ ਤੁਹਮਤਾਂ ਲਾਉਂਦੇ ਨੇ, ਇਹਨਾਂ ਨੂੰ ਕਹਿੰਦੇ ਕਿ ਤੁਹਾਡੇ, ਸਾਰਾ ਦਾਰੋਮਦਾਰ ਇਹਨਾਂ ਤੇ ਸੀ ਤਾਂ ਨੈਚੁਰਲੀ ਜਿਹੜਾ ਹੈਗਾ ਹਾਂ, ਉਹ ਗੱਲ ਜਦੋਂ ਵੀ ਕੋਈ ਇਹਨਾਂ ਤੇ ਚੀਜ਼, ਹੋਣੀ ਹਾਂ ਸੀ। ਜੇ ਗਲਤ ਹੋਈ ਹੈ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਹੁਣ ਦਿੱਕਤ ਕੀ ਆਈ ਹੈ ਕਿ ਜੀ ਜਿਹੜੇ ਉੱਥੋਂ ਦੇ SDM ਨੇ, ਠੀਕ ਹੈ, ਪਲੱਸ ਹੋਰ ਅਫਸਰ ਨੇ, ਉਹਨਾਂ ਨੇ ਕਿਹਾ ਜੀ ਅਸੀਂ, ਮੈਂ ਉਹਨਾਂ ਨੇ ਉੱਥੋਂ ਦੇ ਜੋ ਉਸ ਟਾਈਮ ਦੇ ਬਹਿਬਲ ਕਲਾਂ ਦੇ ਵਿੱਚ ਜਿਹੜਾ ਗੋਲੀ ਕਾਂਡ ਹੋਇਆ ਸੀ, ਉਸ ਟਾਈਮ ਦੇ ਜਿਹੜੇ ਅਫਸਰ ਸੀ ਉਹਨਾਂ ਦੇ ਵਿੱਚੋਂ ਉਹਨਾਂ ਨੇ ਇੱਕ ਨੇ ਕਿਹਾ ਕਿ ਜੀ ਮੈਂ ਹੁਕਮ ਜਾਰੀ ਕੀਤੇ ਸੀਗੇ ਕਿ ਹਵਾਈ ਫਾਇਰਿੰਗ ਕਰੋ, ਅੱਛਾ ਠੀਕ ਹੈ, ਲੇਕਿਨ ਫਾਇਰਿੰਗ ਹਵਾਈ ਦੀ ਜਗ੍ਹਾ ਅੱਗੇ ਵੱਧ ਗਈ, ਸਿੱਧੀ ਡਾਇਰੈਕਟ ਹੋ ਗਈ। ਡਾਇਰੈਕਟ ਹੋ ਗਈ। ਹੁਣ ਦਿੱਕਤ ਇਹ ਹੈ ਕਿ ਜੀ ਕਿਉਂਕਿ ਉਹਨਾਂ ਨੇ ਬਲੇਮ ਲੈ ਲਿਆ ਕਿ ਜੀ ਮੈਂ ਕੀਤਾ ਸੀ, ਇਸ ਕਰਕੇ ਕੋਈ ਜ਼ਿਆਦਾ ਬਲੇਮ ਸੁਖਬੀਰ ਬਾਦਲ ਤੇ ਆਂਦਾ ਨਹੀਂ ਲੀਗਲ ਤੌਰ ਤੇ, ਅੱਛਾ, ਉਹਨਾਂ ਲੀਗਲ ਨੇ ਆਪਦੇ ਤੇ ਲੈ ਲਈ SDM ਜਿਹੜੇ ਐਸ ਸੀ ਡੀ ਉਹਨਾਂ ਨੇ ਹਾਂ ਆਪਦੇ ਤੇ ਲੈ ਲਈ, ਮੈਂ ਡਾਇਰੈਕਟ ਆਰਡਰ ਕੀਤਾ ਮੈਨੂੰ ਕੋਈ ਛੋਟ ਨਹੀਂ ਮਿਲਿਆ। ਆਰਡਰ ਪਿੱਛੋਂ, ਉਹ ਕਹਿੰਦੇ ਡਾਇਰੈਕਟ ਆਰਡਰ ਮੈਂ ਕੀਤਾ ਸੀ ਫਾਇਰਿੰਗ ਦਾ, ਅੱਛਾ ਠੀਕ ਹੈ, ਹੁਣ ਠੀਕ ਹੈ। ਫਾਇਰਿੰਗ ਦਾ ਆਰਡਰ ਉਹ ਕੀਤਾ ਜਿਹੜਾ ਹਾਲੇ ਤੱਕ ਸਾਹਮਣੇ ਆਈ ਹੈ ਜਿਹੜੀ ਗੱਲ। ਹੁਣ ਡਾਇਰੈਕਟਲੀ ਸੁਖਬੀਰ ਬਾਦਲ ਇਨਵੋਲਵ ਨਹੀਂ ਹੈ ਲੀਗਲ ਤੌਰ ਤੇ, ਇਨਡਾਇਰੈਕਟਲੀ ਹੁਣ ਅੰਦਰ ਕੀ ਕਹਾਣੀ ਹੋਈ ਕੀ ਹੋਇਆ, ਦੇਖੋ ਜੀ ਕਾਫੀ ਸਮਾਂ ਬੀਤ ਗਿਆ ਇਸ ਗੱਲ ਨੂੰ, ਠੀਕ ਹੈ, ਜੇ ਕਿਸੇ ਵੀ ਚੀਜ਼ ਨੂੰ 5-7 ਸਾਲ ਜਦੋਂ ਲੱਗ ਜਾਂਦੇ ਨੇ ਹੈ ਹਾਂ ਜੀ, ਉਸ ਚੀਜ਼ ਜਦੋਂ 5-7 ਸਾਲ ਟੱਪ ਜਾਂਦੇ ਨੇ ਤਾਂ 5-7 ਸਾਲਾਂ ਦੇ ਵਿੱਚ ਗਵਾਹ ਮੁਕਰਾ ਲਏ ਜਾਂਦੇ ਨੇ, ਬਦਲ ਦਿੱਤੇ ਜਾਂਦੇ ਨੇ, ਸਬੂਤ ਮਿਟੋ ਦਿੱਤੇ ਜਾਂਦੇ ਨੇ, ਮਤਲਬ ਬਹੁਤ ਕੁਝ ਹੋ ਜਾਂਦਾ ਹੈ। ਜਦੋਂ ਜਿਵੇਂ ਟਾਈਮ ਪੈਂਦਾ ਜਾਂਦਾ ਉਵੇਂ ਉਵੇਂ ਗੱਲ ਫਿੱਕੀ ਹੁੰਦੀ ਜਾਂਦੀ ਹੈਗੀ ਹੈ ਬਿਲਕੁਲ। ਗੱਲ। ਔਰ ਜਦੋਂ ਇਹ ਹੋਇਆ, ਜਦੋਂ ਇਹ ਕਾਂਡ ਹੋਇਆ, ਉਦੋਂ ਇਹਨਾਂ ਦੀ ਆਪਦੀ ਸਰਕਾਰ ਸੀ, ਆਪਦੀ ਸਰਕਾਰ ਸੀ ਠੀਕ ਇਹ ਹੈ, ਗੱਲ। ਆਪਦੀ ਸਰਕਾਰ ਦੇ ਵਿੱਚ ਜਦੋਂ ਇਹ ਗੱਲਬਾਤ ਹੋਈ, ਜਦੋਂ ਇਹ ਜੀ ਚੀਜ਼ ਜਦੋਂ ਆਪਦੀ ਸਰਕਾਰ ਦੇ ਵਿੱਚ ਹੁੰਦੀ ਹੈ ਨਾ ਜੀ, ਤਾਂ ਬਹੁਤ ਸੌਖਾ ਹੁੰਦਾ ਹੈ ਆਦੇ ਆਪ ਨੂੰ ਬਾਹਰ ਕੱਢਣਾ, ਠੀਕ ਹੈ, ਉਹਦੀ ਹਾਂ ਹਾਂ ਟ੍ਰੇਲ ਹਾਂ ਨਾ ਬਿਲਕੁਲ ਛੱਡਣਾ। ਬਿਲਕੁਲ। ਉਸ ਤੋਂ ਬਾਅਦ ਜਦੋਂ ਅਗਲੀ ਸਰਕਾਰ ਆਈ, ਜਾਂ ਤਾਂ ਉਹ ਅਗਲੀ ਸਰਕਾਰ ਇਸ ਦੇ ਉੱਤੇ ਐਕਸ਼ਨ ਲੈ ਜਾਂਦੀ, ਠੀਕ ਹੈ, ਫਿਰ ਵੀ ਕੁਝ ਨਿਕਲ ਆਉਂਦਾ। ਟਾਈਮ ਘੱਟ ਪਿਆ ਸੀ ਉਦੋਂ। ਹਾਂ, ਉਦੋਂ ਟਾਈਮ ਘੱਟ ਪਿਆ ਸੀਗਾ, ਚੀਜ਼ਾਂ ਨਿਕਲ ਸਕਦੀਆਂ ਸੀਗੀਆਂ, 5-7 ਸਾਲਾਂ 'ਚ ਤਾਂ ਯਾਦਾਂ ਵੀ ਧੁੰਦਲੀਆਂ ਹੋ ਜਾਂਦੀਆਂ ਜੀ, ਸਹੀ ਸਹੀ ਉਸ ਟਾਈਮ ਨੂੰ ਡਿਸਕ੍ਰਾਈਬ ਕਰਨਾ ਔਖਾ ਹੋ ਜਾਂਦਾ ਹਾਂ ਆਪਦੇ ਨਾਲ ਬੀਤੀ ਘਟਨਾ ਵੀ ਨਹੀਂ ਯਾਦ ਰਹਿੰਦੀ ਤੇ ਫਿਰ ਬਿਲਕੁਲ। ਲੋਕਾਂ ਨਾਲ ਹਾਂ, ਬੀਤੀ ਕਿੱਥੇ ਯਾਦ ਔਰ ਰਹਿੰਦੀ? ਵੈਸੇ ਵੀ ਬੰਦਾ ਕਹਿੰਦਾ ਜਿਹੜੀ ਚੀਜ਼ ਗਲਤ ਹੋਈ ਮੈਂ ਉਹਨੂੰ ਭੁੱਲ ਜਾ, ਹਾਂ ਬਿਲਕੁਲ ਠੀਕ ਹੈ, ਇਹ ਸਾਰੀਆਂ ਦੁਵਿਧਾਵਾਂ ਹੁਣ ਹੈਗੀਆਂ ਨੇ। ਅੱਛਾ ਇਹਦੇ ਵਿੱਚੋਂ ਹੁਣ ਕੁਝ ਨਿਕਲੂਗਾ ਵੀ ਕਿ ਨਹੀਂ ਨਿਕਲੂਗਾ ਕਿਉਂਕਿ 5-7 ਸਾਲਾਂ ਦੇ ਵਿੱਚ 5-7 ਹੀ SITਆਂ ਬਣ ਗਈਆਂ ਹੋਣੀਆਂ ਤੇ ਉਹ ਬਸ SIT ਮਤਲਬ ਬਹਿੰਦੀ ਬਹਿੰਦੀ ਬਹਿ ਹੀ ਜਾਂਦੀ ਹੈ, ਇਹਨੂੰ ਮਾੜਾ ਮੋਟਾ STA ND ਵੀ ਕਰੋ, ਸਟੈਂਡ ਵੀ ਕਰੋ। ਦੇਖੋ ਹੁਣ ਸਿੱਟ ਕੀ ਕਰਦੀ ਹੈ ਕੀ ਨਹੀਂ ਕਰਦੀ, ਇਹ ਮੁੱਦਾ ਪੋਲੀਟੀਕਲ ਜ਼ਿਆਦਾ ਭੜਕਿਆ ਹੋਇਆ, ਪੋਲੀਟੀਕਲੀ ਜ਼ਿਆਦਾ ਇਹਦੀ ਵੇਟੇਜ ਹੋ ਗਈ ਹੈ ਲੀਗਲੀ ਨਾਲੋਂ, ਕਿਉਂਕਿ
ਭਗਵੰਤ ਮਾਨ ਨੇ ਚੀਕ ਚੀਕ ਕੇ ਸਾਰੇ ਮੰਚਾਂ ਤੋਂ, ਬਿਲਕੁਲ ਜਦੋਂ ਬਿਲਕੁਲ ਸਰਕਾਰ ਬਣਨ ਤੋਂ ਪਹਿਲਾਂ ਸਾਰੇ ਮੰਚਾਂ ਤੋਂ 5 ਸਾਲ 6 ਸਾਲ 7 ਸਾਲ ਆਹੀ ਰਾਗ ਲੱਪਿਆ ਕਿ ਜੀ ਇਹਨਾਂ ਨੇ ਕਰਾਇਆ ਫੜਾਂਗੇ ਇਹਨਾਂ ਨੂੰ, ਇਹਨਾਂ ਨੇ ਕਰਾਇਆ ਸੀ ਫੜਾਂਗੇ, ਅਸੀਂ ਤਫਤੀਸ਼ ਕਰਾਵਾਂਗੇ, ਅੰਦਰ ਦੇਵਾਂਗੇ ਅੰਦਰ ਦੇਵਾਂਗੇ, ਸਿੱਧਾ ਡਾਇਰੈਕਟਲੀ ਵੀ ਇਹਨਾਂ ਨੇ ਤੋਹਮਤਾਂ ਲਾਈਆਂ। ਹੁਣ ਲੋਕ ਉਸ ਚੀਜ਼ ਦਾ ਜਵਾਬ ਮੰਗਦੇ ਨੇ, ਲੋਕ ਕਹਿੰਦੇ ਨੇ ਕਿ ਸਾਨੂੰ ਕਰਾਓ, ਕਿਹਨਾਂ ਨੇ ਕਰਾਇਆ ਕੀ ਨਹੀਂ ਕਰਾਇਆ। ਦੇਖੋ ਜੋ ਕੁਛ ਵੀ ਹੋਇਆ, ਜੋ ਵੀ ਕੁਛ ਹੋਇਆ ਉਸ ਟਾਈਮ ਸੁਖਬੀਰ ਬਾਦਲ ਪਾਵਰ ਦੇ ਵਿੱਚ, ਠੀਕ ਹੈ, ਡਾਇਰੈਕਟਲੀ ਇਨਡਾਇਰੈਕਟਲੀ ਆਰਡਰ ਦਿੱਤੇ ਨਹੀਂ ਦਿੱਤੇ, ਕਿਸ ਤਰ੍ਹਾਂ ਦਿੱਤੇ ਗਏ, ਡਾਇਰੈਕਟਲੀ ਦਿੱਤੇ ਗਏ ਇਨਡਾਇਰੈਕਟਲੀ ਦਿੱਤੇ ਗਏ, ਕਿਸ ਤਰ੍ਹਾਂ ਦਿੱਤੇ ਗਏ, ਜਾਂ ਇਹ ਕਿਹਾ ਗਿਆ ਜੀ ਸਾਨੂੰ ਨਹੀਂ ਪਤਾ ਇਸ ਸਿਚੁਏਸ਼ਨ ਨੂੰ ਹੈਂਡਲ ਕਰੋ ਜਿਵੇਂ ਮਰਜ਼ੀ, ਔਰ ਅੱਗੋ ਅਫਸਰਾਂ ਨੇ ਉਸ ਹਿਸਾਬ ਨਾਲ ਲੈ ਲਿਆ। ਇਹ ਐਕਚੁਅਲ ਦੇ ਵਿੱਚ ਕੀ ਹੋਇਆ, ਅੱਜ ਦੀ ਡੇਟ 'ਚ ਧੁੰਦਲਾ ਪੈ ਚੁੱਕਿਆ। ਇਹ ਅਸਲ 'ਚ ਨਾ ਉਹ ਗੱਲ ਹੋ ਗਈ ਜਿਵੇਂ ਪਿਛਲੀ ਸਰਕਾਰ ਨੇ ਕਰਤਾ ਵੀ ਕੁੱਤਾ ਕੁੱਤੇ ਕੀ ਦੁਮ ਪੇ ਕੁੱਤਾ, ਉਸਕੀ ਦੁਮ ਪੇ ਕੁੱਤਾ, ਉਸਕੀ ਦੁਮ ਪੇ ਕੁੱਤਾ, ਉਸਕੀ ਦੁਮ ਪੇ ਕੁੱਤਾ, ਕਹਿੰਦੇ ਜੀ ਗੱਲ ਤਾਂ ਕੋਈ ਬਣੇਗੀ। ਉਹ ਕਹਿੰਦੇ ਗੱਲ ਬਣੀ ਨਾ ਬਣੀ ਇਹ ਨਾ ਦੇਖੋ, ਬੈਲੈਂਸ ਦੇਖੋ। ਹਾਂ, ਸੋ ਬਸ ਵੀ ਹੁਣ ਅਸੀਂ SAT ਕਿੰਨੀਆਂ ਬਣਾਈਆਂ ਉਹ ਦੇਖੋ ਤੁਸੀਂ, ਉਹਦੇ 'ਚੋਂ ਕੋਈ ਨਿਕਲਦਾ ਨਹੀਂ ਨਿਕਲਦਾ, ਇਹ ਗੱਲ ਛੱਡੋ। ਬਸ ਹੁਣ ਇਹ ਉਹੀ ਚੀਜ਼ ਹੈ, ਇਹਦੇ ਵਿੱਚ ਆਪਾਂ ਬਾਲਾ ਹਲੇ ਕੁਝ ਕਹਿ ਨਹੀਂ ਸਕਦੇ। ਜਦੋਂ ਤੱਕ SIT ਦੀ ਜਾਂਚ ਹੋ ਕੇ ਐਕਚੁਅਲ ਦੇ ਵਿੱਚ ਰਿਪੋਰਟ ਨਹੀਂ ਆਉਂਦੀ, ਉਦੋਂ ਤੱਕ ਕੁਝ ਨਹੀਂ ਕਿਹਾ ਜਾ ਇਹ ਸਕਦਾ। ਜਿਹੜੀ ਇੱਕ ਪਿੱਛੇ ਜਿਹੀ ਰਿਪੋਰਟ ਆਈ ਸੀ ਜਦੋਂ ਇਹਨਾਂ ਨੇ ਜਥੇਦਾਰ ਜੀ ਨੂੰ ਭਗਵੰਤ ਮਾਨ ਜੀ ਨੇ ਸੌਂਪੀ ਸੀ, ਉਹਦੇ ਵਿੱਚ ਇਹਨਾਂ ਨੂੰ ਸਾਫ਼ ਕਲੀਨ ਚਿੱਟ ਦਿੱਤੀ ਸੀਗੀ, ਉਹ ਕੀ ਸੀਗਾ ਫਿਰ? ਉਹ ਰਿਪੋਰਟ ਹੋਰ ਸੀਗੀ ਜੀ, ਇਹ ਰਿਪੋਰਟ ਹੋ ਰਿਹਾ ਹੈ। ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਨਾ ਪਈਆ ਜ਼ਿਆਦਾ ਵਧੀਆ, ਕਿਉਂਕਿ ਜਦੋਂ ਤੱਕ ਇਹਦੇ ਵਿੱਚੋਂ ਜਦੋਂ ਤੱਕ ਇਨਕੁਆਇਰੀ ਪੂਰੀ ਨਹੀਂ ਹੁੰਦੀ ਤੁਸੀਂ ਕੁਝ ਕੁਝ ਨਹੀਂ ਕਹਿ ਸਕਦੇ, ਰੇੜਕਾ ਨਿਕਲਦਾ ਨਹੀਂ ਕੁਛ ਉਦੋਂ ਤੱਕ, ਮਤਲਬ ਨਿਕਲਦਾ ਕੁਛ ਨਹੀਂ ਨਹੀਂ ਕਹਿ ਤੇ ਸਕਦੇ, ਚੱਲੀ ਜਾਊਗਾ। ਇਹ ਮਤਲਬ ਲੋਕਾਂ ਦੇ ਹਿਸਾਬ ਨਾਲ ਵੀ ਸੀਗੇ ਕਿ ਨਹੀਂ ਸੀਗੇ, ਸੀਗੇ ਕਿ ਨਹੀਂ ਉਹ ਸੀਗੇ, ਚ ਐਂ ਚੱਲੀ ਜਾਂਦੀ। ਇਹ ਜਿਹੀ ਚੀਜ਼ ਇਹ ਜਿਹੀ ਚੀਜ਼ ਜਿਹੜੀ ਬਹੁਤ ਦੇਰ ਹੋ ਚੁੱਕੀ ਹੈ, ਕਿਉਂਕਿ ਕਹਿੰਦੇ ਜਸਟਿਸ ਡਿਲੇਡ, ਜਸਟਿਸ ਡਿਨਾਈਡ ਵਾਲਾ ਕੰਮ ਹੋ ਗਿਆ। ਬਾਕੀ ਭਗਵੰਤ ਮਾਨ ਨੇ ਐਂ ਕਿਹਾ ਸੀਗਾ ਵੀ ਅਸੀਂ ਇੱਕ SIT ਬਣਾਵਾਂਗੇ, ਅਸੀਂ ਉਹਦੇ ਤੇ ਤਫਤੀਸ਼ ਕਰਾਂਗੇ, ਐਂ ਨਹੀਂ ਕਿਹਾ ਸੀ ਵੀ ਅਸੀਂ ਨਤੀਜਾ ਕੱਢਾਂਗੇ ਤੇ ਨਹੀਂ ਉਹਨੇ ਤਫਤੀਸ਼ ਕਿਹਾ, ਕਰੀ ਨਹੀਂ ਜਾਂਦੇ, ਉਹਨੇ ਕਿਹਾ ਤਫਤੀਸ਼ ਕਰਾ ਕੇ ਲੋਕਾਂ ਨੂੰ ਅੰਦਰ ਦੇਵਾਂਗੇ, ਅਸੀਂ ਲੀਡਰ ਇਹਨਾਂ ਨੂੰ ਅੰਦਰ ਦੇਵਾਂਗੇ, ਅੱਛਾ ਕਰਾ ਲੈ ਲੋ। ਚਲੋ ਠੀਕ ਹੈ, ਉਹ ਇੱਕ ਪੋਲੀਟੀਕਲ ਸਟਾਂਸ ਸੀਗਾ, ਨਹੀਂ ਨਿਕਲੇਗਾ ਨਿਕਲੇਗਾ ਜਦੋਂ ਆਏਗੀ ਵਾਰੀ। ਮਤਲਬ ਇਹਦੇ ਚੋਂ ਲੱਗਦਾ ਨਹੀਂ ਕੁਝ ਨਿਕਲੂਗਾ, ਮਤਲਬ ਇਹ ਬਸ ਕੁੱਤੇ ਝਾਕ ਹੈ, ਇਹ ਚੋਂ ਨਿਕਲਣਾ ਕੁਝ ਦੇਖੋ ਨਹੀਂ। ਜੀ, ਮੈਂ ਤੇ ਇਸ ਚੀਜ਼ ਉੱਤੇ ਆਪਾਂ ਕੋਈ ਕਮੈਂਟ ਨਹੀਂ ਕਰ ਸਕਦੇ, ਜੋ ਕੁ ਮੈਨੂੰ ਪਤਾ ਸੀ ਜਿੰਨਾ ਕੁ ਮੇਰਾ ਮੇਰਾ ਆਈਡੀਆ ਸੀ ਮੈਂ ਤੁਹਾਨੂੰ ਦੱਸ ਦਿੱਤਾ, ਬਾਕੀ ਦਰਸ਼ਕਾਂ ਨੂੰ ਪਤਾ ਕਿ ਕੀ ਕਹਿਣਾ ਹੈ ਕੀ ਨਹੀਂ ਕਹਿਣਾ, ਕੀ ਹੈ ਕੀ ਨਹੀਂ ਹੈ ਪਤਾ ਸਾਰਿਆਂ ਨੂੰ ਹੈ, ਕੀ ਹੋਇਆ ਹੋਊਗਾ ਕੀ ਨਹੀਂ ਹੋਇਆ ਹੋਊਗਾ, ਜੋ ਵੀ ਹੈ ਸਾਰਿਆਂ ਦੀ ਆਪਦੀ ਆਪਦੀ ਸਮਝ। ਚਲੋ ਅੱਛਾ ਭਾਜੀ, ਹੁਣ ਅਗਲਾ ਸਵਾਲ ਇਹ ਹੈ ਵੀ ਤੁਸੀਂ 2-4 ਦਿਨ ਬਾਹਰ ਸੀ ਤੇ ਤੁਹਾਡੇ ਪਿੱਛੋਂ ਭਗਵੰਤ ਮਾਨ ਸਾਹਿਬ ਨੇ ਬਠਿੰਡੇ ਦਾ ਐ ਸਮਝ ਲਓ ਵੀ ਦੌਰਾ ਹੀ ਕੀਤਾ ਜਾਂ ਫੇਰੀ ਲਾਈ, ਇੱਕ ਸਿਰੇ ਤੋਂ ਚੱਲੇ ਬਠਿੰਡੇ ਤੋਂ ਚੱਲੇ ਤੇ ਤਲਵੰਡੀ ਸਾਬੋ ਹੋ ਗਏ, ਰਾਮਾ ਮੰਡੀ ਪਹੁੰਚੇ, ਕਹਿੰਦੇ ਇੱਥੇ ਕਿਸੇ ਵੱਡੇ ਲੀਡਰ ਨਾਲ ਕੋਈ ਮੀਟਿੰਗ ਵੀ ਕਰਕੇ ਗਏ, ਕੁਝ ਮਤਲਬ ਕਲੀਅਰ ਜਿਹਾ ਨਹੀਂ ਹੋਇਆ ਲੋਕ ਦੱਸਦੇ ਆ, ਤੇ ਇੱਥੇ ਕੋਈ ਮਸ਼ਹੂਰ ਹੋਟਲ ਆ ਉੱਥੇ ਰਾਤ ਦਾ ਖਾਣਾ ਵਗੈਰਾ ਵੀ ਖਾਧਾ, ਤੇ ਇਹ ਮਤਲਬ ਕਿਵੇਂ ਖੁੱਡਾਂ 'ਚ ਬੀਨ ਵਜਾ ਵਜਾ ਕੇ ਦੇਖੀ ਜਾਂਦੇ ਆ ਵੀ ਕੁਛ ਕਿਤੋਂ ਸੱਪ ਨਿਕਲੂਗਾ ਜਾਂ ਨਹੀਂ ਨਿਕਲੂਗਾ, ਜਾਂ ਨਾਲੇ ਇੱਥੇ ਐਂ ਕਹਿੰਦੇ ਸੀ ਲੋਕ ਵੀ ਇੱਥੇ ਕੋਈ ਆਮ ਆਦਮੀ ਪਾਰਟੀ ਦਾ ਵੱਡਾ ਲੀਡਰ ਹੈ, ਉਹਦੇ ਤੇ ਕੁਝ ਕਾਰਵਾਈ ਹੋ ਸਕਦੀ ਆ, ਉਹਨੂੰ ਕੁਛ ਉਹਦੇ ਕਰਨ ਦੀ ਫਿਕਰ ਹੈ। ਅੱਛਾ ਦੂਜਾ, ਕੁਝ ਲੋਕ ਐਂ ਕਹਿੰਦੇ ਆ, ਕੁਝ ਲੋਕ ਕੀ ਬਾਹਲੇ ਹੀ ਲੋਕ ਕਹਿੰਦੇ ਆ ਵੀ ਜਿਹੜੇ ਆਪਣੇ ਪੁਰਾਣੇ ਖਜ਼ਾਨਾ ਮੰਤਰੀ ਸੀਗੇ ਉਹਨਾਂ ਨਾਲ ਯਾਰੀ ਪੁਗਾ ਗਏ, ਪੁਰਾਣੇ ਯਾਰ ਆ ਇਹਨਾਂ ਦੇ, ਅੱਛਾ ਜੀ, ਹੈ ਨਾ, ਵੀ ਉਹਨਾਂ ਤੇ ਕੋਈ ਕਾਰਵਾਈ ਕੀਤੀ ਨਹੀਂ ਜਿਹੜੇ ਹਿਸਾਬ ਨਾਲ ਰਿਪੋਰਟਾਂ ਹੋਈਆਂ ਸੀ, ਜਿਹੜੇ ਹਿਸਾਬ ਨਾਲ ਉਹਨਾਂ ਦੇ ਵਿਜੀਲੈਂਸ ਨੂੰ ਲੈਟਰ ਲਿਖ ਕੇ ਕਾਰਵਾਈ ਕਰਨ ਨੂੰ ਕਿਹਾ ਸੀਗਾ, ਵੀ ਬਸ ਉਹਨਾਂ ਨਾਲ ਯਾਰੀ ਪੁਗਾ ਗਏ, ਲੋਕ ਕਹਿੰਦੇ ਆ, ਤੁਹਾਡਾ ਕੀ ਵਿਚਾਰ ਹੈ? ਦੇਖੋ ਜੀ, ਮੈਨੂੰ ਵੀ ਕਈ ਸਵਾਲ ਪੁੱਛੇ ਗਏ, ਮੈਨੂੰ ਵੀ ਕਈ ਲੋਕਾਂ ਨੇ ਮੇਰੇ ਨਾਲ ਡਿਸਕਸ਼ਨ ਹੋਈਆਂ ਉੱਥੇ ਬੈਠਿਆਂ ਨੇ ਮੈਨੂੰ, ਜਦੋਂ ਮੈਂ ਮਤਲਬ ਮੈਂ ਜਦੋਂ ਹੈ ਨਹੀਂ ਸੀਗਾ ਤੇ ਲੋਕਾਂ ਦੇ ਫੋਨ ਆਏ ਕਿ ਜੀ ਕੀ ਚੱਲ ਰਿਹਾ ਪੰਜਾਬ, ਕੀ ਬਠਿੰਡੇ ਆਏ ਹੋਏ ਨੇ, ਕਿਵੇਂ ਚੱਲ ਰਿਹਾ, ਕੀ ਹੈ, ਕੋਈ ਕੋਈ ਖਾਸ ਪ੍ਰੋਗਰਾਮ ਨਹੀਂ ਉਲੀਕਿਆ, ਕੁਛ ਨਹੀਂ ਉਲੀਕਿਆ। ਕਈ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਨੇ, ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜੀ ਕੋਈ CM ਕਿਤੇ ਜਾਂਦਾ ਆਪਦੇ ਸੂਬੇ ਦੇ ਵਿੱਚ, 2-3 ਦਿਨ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਹੈ। ਉਹ ਤਿਆਰੀ ਹੋਣ ਤੋਂ ਤਿਆਰੀ ਸ਼ੁਰੂ ਹੁੰਦੀ ਹੈ, ਤਿਆਰੀ ਸਿਰਫ ਇਹ ਨਹੀਂ ਕਿ ਜਿਹੜਾ ਪ੍ਰੋਗਰਾਮ ਉਹਨੇ ਕਰਨਾ ਉਸ ਦੀ ਤਿਆਰੀ ਨਹੀਂ, ਕਿਉਂਕਿ ਉਹਨੇ ਆਣਾ ਹੈ, ਉਹਦੇ ਵਾਸਤੇ ਸਰਵੇਲੈਂਸ ਲਾਈ ਜਾਂਦੀ ਹੈ, ਉਹਦੀ ਸਿਕਿਉਰਿਟੀ 2-3 ਦਿਨ ਪਹਿਲਾਂ ਪਹੁੰਚ ਜਾਂਦੀ ਹੈ, ਰੇਕੀ ਹੁੰਦੀ ਹੈ, ਸਾਰਾ ਕੁਝ ਸਾਰਾ ਸਾਰਾ ਸਿਸਟਮ ਬਣਾਇਆ ਜਾਂਦਾ, ਸਿਕਿਉਰਿਟੀ ਦਾ ਸਿਸਟਮ ਬਣਾਇਆ ਜਾਂਦਾ, ਲੇਅਰ ਸਿਕਿਉਰਿਟੀ ਲੇਅਰਸ ਖੜੀਆਂ ਕੀਤੀਆਂ ਜਾਂਦੀਆਂ ਨੇ, ਉਹ ਸਾਰਾ ਕੁਝ ਕੀਤਾ ਜਾਂਦਾ। ਫਿਰ ਇੰਟੈਲੀਜੈਂਸ ਨੂੰ ਇਕੱਠਾ ਕੀਤਾ ਜਾਂਦਾ, ਇੰਟੈਲੀਜੈਂਸ ਦੇ ਥਰੂ ਦੇਖਿਆ ਜਾਂਦਾ ਕਿ ਕਿੱਥੋਂ ਦਿੱਕਤ ਹੋ ਸਕਦੀ ਹੈ, ਨਹੀਂ ਹੋ ਸਕਦੀ, ਕਿਉਂ ਹੋ ਸਕਦੀ, ਜੇ ਹੋਈ ਤਾਂ ਉਹਨੂੰ ਕਿਵੇਂ ਕੰਟੇਨ ਕਰਾਂਗੇ, ਸਾਰਿਆਂ ਨੂੰ ਅਲਰਟ ਤੇ ਰੱਖਿਆ ਜਾਂਦਾ। ਇਹ ਬਹੁਤ ਐਕਸਪੈਂਸਿਵ ਹੁੰਦਾ, ਬਹੁਤ ਪੈਸਾ ਖਰਾਬ ਹੁੰਦਾ, ਬਹੁਤ ਪੈਸਾ ਲੱਗਦਾ, ਖਰਾਬ ਨਹੀਂ ਕਹੂੰਗਾ ਮੈਂ, ਲੱਗਦਾ। ਹੁਣ CM ਸਾਹਿਬ ਆਏ, ਲੋਕਾਂ ਨੇ ਮੈਨੂੰ ਵੀ ਬੜੇ ਬੜਿਆਂ ਨੇ ਪੁੱਛਿਆ ਕਿ ਜੀ ਆਏ ਕੁਝ ਖਾਸ ਕਰਕੇ ਨਹੀਂ ਪਤਾ ਆਏ। ਵੀ ਨਹੀਂ ਲੱਗਿਆ ਆਮ ਬੰਦੇ ਨੂੰ, ਪਤਾ ਵੀ ਨਹੀਂ ਲੱਗਿਆ। ਬਿਲਕੁਲ, ਇਹ ਲੋਕਾਂ ਦੇ ਬਹੁਤ ਸਾਰੇ ਸਵਾਲ ਸੀ। ਦੇਖੋ ਇਹਦੇ ਪਿੱਛੇ ਨਾ 2-3 ਚੀਜ਼ਾਂ ਨਿਕਲ ਕੇ ਆਉਂਦੀਆਂ ਨੇ। ਅੱਛਾ ਮੈਂ ਤੁਹਾਡੀ ਗੱਲ ਨਹੀਂ ਤੋੜਦਾ ਵੀ ਜਿਹੜਾ ਤੁਸੀਂ ਦੱਸਿਆ ਵੀ ਬਹੁਤ ਖਰਚਾ ਹੁੰਦਾ
ਦੋ ਦਿਨ ਪਹਿਲਾਂ ਜਿਹੜਾ ਖਰਚਾ ਹੈ, ਭਾਵੇਂ ਉਹ ਕਿਸੇ ਵੱਡੇ ਪ੍ਰੋਗਰਾਮ ਦਾ ਛੋੜੇਗਾ, ਜਿਹੜਾ 2 ਦਿਨ ਪਹਿਲਾਂ ਰੇਖੀ ਦਾ ਖਰਚਾ, 2 ਦਿਨ ਪਹਿਲਾਂ ਬੰਦੇ ਲਾਏ ਗਏ, ਇੰਟੈਲੀਜੈਂਸ ਲਾਏਗੀ, ਉਹ ਤਾਂ ਉਨਾ ਹੀ ਹੈ ਨਾ ਜੀ ਤੇ ਖਰਚਾ। ਫਿਰ ਇਸ ਹਿਸਾਬ ਨਾਲ ਫਿਰ ਵੇਸਟੇਜ ਆਫ ਮਨੀ ਇਹ ਵੀ ਕਰ ਰਹੇ ਦੇਖੋ ਹਾਂ। ਤੁਸੀਂ ਆਪਾਂ ਵੇਸਟੇਜ ਆਫ ਮਨੀ ਨਹੀਂ ਕਹਿ ਸਕਦੇ, ਦੇਖੋ ਹੁਣ ਕਈ ਚੀਜ਼ਾਂ ਹੁੰਦੀਆਂ ਨੇ, ਕਈ ਤਰੀਕੇ ਹੁੰਦੇ ਨੇ ਕੰਮ ਕਰਨ ਦੇ, ਇਨਫੋਰਮੇਸ਼ਨ ਮਿਲਣ ਦੇ ਹਿਸਾਬ ਨਾਲ, ਲੋਕਾਂ ਦੇ ਕਹਿਣ ਦੇ ਹਿਸਾਬ ਨਾਲ। ਮੈਂ ਆਪ ਮੈਨੂੰ ਮੇਰੇ ਕੋਲ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈ, ਲੇਕਿਨ ਜੋ ਲੋਕ ਕਹਿ ਰਹੇ ਨੇ ਉਹ ਤੁਹਾਨੂੰ ਦੱਸਦਾ। ਇੱਕ ਸੀਗੇ ਜੀ, ਇੱਕ ਸੱਜਣ ਮੈਨੂੰ ਕਹਿੰਦੇ, ਉਹਨਾਂ ਨੇ ਇਹ ਕਹਿਣਾ ਸੀਗਾ ਕਿ ਜੀ ਆਏ ਸੀ, ਇਹ ਸਾਰਾ ਤੰਦ ਜਿਹੜੀ ਹੈ ਇਹ ਜੁੜੀ ਹੋਈ ਹੈ ਜੀ ਤਲਵੰਡੀ ਨਾਲ, ਅੱਛਾ ਇਹ ਜੁੜੀ ਹੋਈ ਹੈ ਰਿਫਾਇਨਰੀ ਨਾਲ, ਰਾਮਾ ਮੰਡੀ। ਰਾਮਾ ਮੰਡੀ ਰਿਫਾਇਨਰੀ ਨਾਲ। ਉੱਥੇ ਕੋਈ ਕਪਲਾਬਾਜੀ ਸੀ, ਜਾਂ ਉੱਥੇ ਕੋਈ ਸਿਸਟਮ ਸੀ, ਜਾਂ ਕੋਈ ਚੀਜ਼ ਸੀਗੀ, ਅੱਛਾ ਉਹਦੇ ਪਿੱਛੇ ਆਈ ਸੀ, ਉੱਥੇ ਪ੍ਰੋਗਰਾਮ ਕਰਨਾ ਸੀ, ਲੇਕਿਨ ਉਸ ਤੋਂ 1 ਦਿਨ ਪਹਿਲਾਂ ਕੋਈ ਘਟਨਾ ਹੋ ਗਈ, ਕੋਈ ਚੀਜ਼ ਹੋਈ ਹੈ, ਮੈਂ ਨਾਮ ਅੱਛਾ ਨਹੀਂ ਅੱਛਾ ਲਊਂਗਾ ਕਿਉਂਕਿ ਮੈਂ ਉਸ ਟੌਪਿਕ ਤੇ ਜਾਣਾ ਨਹੀਂ ਚਾਹੁੰਦਾ। ਠੀਕ ਹੈ। ਉਹ ਚੀਜ਼ ਹੋਈ, ਇਸ ਕਰਕੇ ਉਹਨਾਂ ਨੇ ਉਹ ਆਪਦਾ ਜੋ ਉਹਨਾਂ ਦਾ ਐਕਚੁਅਲ ਪਲਾਨ ਸੀ ਉਹ ਇੰਪਲੀਮੈਂਟ ਨਹੀਂ ਕੀਤਾ। ਅੱਛਾ ਠੀਕ ਠੀਕ ਹੈ। ਹੈ, ਇਹ ਕੁਝ ਲੋਕਾਂ ਦਾ ਕਹਿਣਾ। ਦੂਸਰੀ ਚੀਜ਼ ਮੰਨ ਸਕਦੇ ਹਾਂ, ਇਹ ਹੋ ਸਕਦਾ। ਠੀਕ ਹੈ, ਦੂਸਰੀ ਚੀਜ਼ ਦੇਖੋ, ਸੰਭਾਵਨਾ ਕਿਸੇ ਵੀ ਚੀਜ਼ ਦੀ ਹੈ। ਦੂਸਰੀ ਚੀਜ਼ ਲੋਕਾਂ ਦਾ ਇਹ ਕਹਿਣਾ ਸੀਗਾ ਜੀ ਬਠਿੰਡੇ ਦਾ ਦੌਰਾ ਕਰਨ ਆਏ ਸੀਗੇ, ਬਠਿੰਡੇ ਦੇ ਵਿੱਚ ਚੀਜ਼ਾਂ ਦੇਖਣ ਆਏ ਸੀਗੇ ਕਿਉਂਕਿ ਬਠਿੰਡੇ ਦੇ ਵਿੱਚ ਕੁਝ ਹੋ ਨਹੀਂ ਰਿਹਾ, ਫੀਡਬੈਕ ਅੱਛਾ ਨਹੀਂ ਜਾ ਰਿਹਾ ਬਠਿੰਡੇ ਦਾ, ਲੋਕ ਦੁਖੀ ਨੇ ਕਿਉਂਕਿ ਬਠਿੰਡੇ ਦੇ ਵਿੱਚ, ਕਿਉਂਕਿ ਪਹਿਲਾਂ ਦੇ ਟਾਈਮ ਦੇ ਵਿੱਚ ਬਹੁਤ ਵਾਰੀ ਆਇਆ ਹੋਇਆ ਕਿ ਫਾਈਨੈਂਸ ਮਿਨਿਸਟਰ ਜਾਂ ਕੋਈ ਨਾ ਕੋਈ ਮਿਨਿਸਟਰ ਬਠਿੰਡੇ ਦਾ ਰਿਹਾ, ਲੇਕਿਨ ਇਸ ਵਾਰੀ ਕੋਈ ਮਿਨਿਸਟਰ ਨਹੀਂ ਹੈ ਬਠਿੰਡੇ ਦਾ। ਇਸ ਕਰਕੇ ਉਹ ਸ਼ਾਇਦ ਉਹ ਦੌਰਾ ਮਾਰ ਕਰਨ ਆਏ ਸੀ, ਲੋਕਾਂ ਨੂੰ ਮਿਲਣਾ ਆਏ ਸੀ, ਮੇਨ ਮੇਨ ਲੋਕਾਂ ਨੂੰ ਮਿਲਣਾ ਆਏ ਸੀ, ਐਕਟਿਵ ਹੋਣਾ ਆਏ ਸੀ। ਦੂਸਰੀ ਚੀਜ਼, ਹੁਣ ਤੀਸਰੀ ਚੀਜ਼ ਜਿਹੜੀ ਮੈਨੂੰ ਇੱਕ ਮੈਨੂੰ ਵੀ ਲੱਗਦੀ ਹੈ ਔਰ ਪੋਲੀਟੀਕਲ ਐਂਗਲ ਨਾਲ ਦੇਖੀਏ ਤਾਂ, ਕਿਉਂਕਿ ਜਿਹੜੀ ਬਠਿੰਡਾ ਸੀਟ ਹੈ ਉਹ ਬਠਿੰਡਾ, ਕਿਉਂਕਿ ਜਿਹੜੀ ਬਠਿੰਡਾ ਸੀਟ ਹੈ ਉਹ ਬਹੁਤ ਇੰਪੋਰਟੈਂਟ ਸੀਟ ਹੈ। ਬਿਲਕੁਲ, ਬਠਿੰਡਾ ਇਕੱਲੀ ਬਠਿੰਡਾ ਸ਼ਹਿਰੀ ਸੀਟ ਦੀ ਗੱਲ ਨਾ ਕਰੋ, ਐਮਐਲਏ ਸੀਟ ਨਹੀਂ, ਕਿਉਂਕਿ ਆਉਣ ਵਾਲੇ ਇਲੈਕਸ਼ਨ ਹੈ 2024 ਦੇ ਵਿੱਚ, ਆਉਣ ਵਾਲੇ 2024 ਦੇ ਜਿਹੜੇ ਇਲੈਕਸ਼ਨ ਆਉਣੇ ਨੇ ਉਹ ਐਮਪੀ ਦੇ ਇਲੈਕਸ਼ਨ ਆਉਣੇ। ਹਾਂਜੀ ਬਿਲਕੁਲ। ਠੀਕ ਹੈ, ਹੁਣ ਜਿਹੜਾ ਦੌਰਾ ਕਰਕੇ ਗਏ ਉਹ ਦੇਖਿਆ ਜਾਵੇ ਤਾਂ ਐਮਪੀ ਦੀ ਸੀਟ ਦਾ ਦੌਰਾ ਸੀ। ਅੱਛਾ, ਉਹਦੇ ਨਾਲ ਜੁੜਿਆ ਹੋਇਆ ਇਸ ਤਰ੍ਹਾਂ। ਹਾਂ, ਪੋਲੀਟੀਕਲੀ ਅਗਰ ਦੇਖਿਆ ਜਾਵੇ ਤਾਂ ਇਹ ਵੀ ਹੋ ਸਕਦਾ ਹੈ। ਇੱਕ ਮੈਂ ਠੀਕ ਥਿਉਰੀ ਤੁਹਾਨੂੰ, ਮੈਂ ਤੁਹਾਨੂੰ ਸਾਰਿਆਂ ਨੂੰ ਥਿਉਰੀ ਦੱਸ ਰਿਹਾ ਕਿ ਆਹ 3-4 ਕਾਰਨ ਨੇ, ਇਹਨਾਂ 'ਚੋਂ ਜਿਹੜਾ ਇਹਨਾਂ 'ਚੋਂ ਕੋਈ ਵੀ ਕਾਰਨ ਹੋ ਸਕਦਾ, ਜਾਂ ਕੋਈ 2 ਕਾਰਨ ਹੋ ਸਕਦੇ, ਜਾਂ 3 ਵੀ ਹੋ ਸਕਦੇ ਨੇ, ਸਾਰਾ ਕੁਝ ਪਰ ਅਟੈਚ ਹੋ ਵੀ ਹੋ ਸਕਦਾ, ਇਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਹੋਊਗਾ। ਹੋ ਸਕਦਾ, ਹਾਂ। ਸੋ ਹੁਣ ਉਹ ਆਏ ਸੀਗੇ, ਹੁਣ ਤੁਸੀਂ ਅਗਰ ਇੱਕ ਚੀਜ਼ ਦੇਖੋਗੇ ਨਾ ਕਿ ਚੇਅਰਮੈਨ ਲਾਏ ਗਏ ਪਿੱਛੇ, ਮੈਨੂੰ ਅਸੀਂ ਤੁਸੀਂ ਸਵਾਲ ਪੁੱਛੋਗੇ, ਪਰ ਚੇਅਰਮੈਨ ਲਾਏ ਗਏ, ਜਿਹੜੀ ਪਹਿਲੀ ਲਿਸਟ ਚੇਅਰਮੈਨਾਂ ਦੀ ਆਈ ਉਹਦੇ ਵਿੱਚੋਂ 3 ਨਾਮ ਬਠਿੰਡਾ ਦੇ ਸੀਗੇ। ਅੱਛਾ ਜੀ, ਇੱਕ ਪੁਰੀ ਜੀ ਨੇ, ਇੱਕ ਅਨਿਲ ਠਾਕੁਰ ਜੀ ਨੇ, ਇੱਕ ਜੀਦਾ ਜੀ ਨੇ, ਇਹ ਤਿੰਨ ਤਿੰਨ ਚੇਅਰਮੈਨ ਲਗਾਏ ਗਏ। ਇਹਨਾਂ ਕੋਲ ਤਾਂ ਆਲਰੇਡੀ ਅਹੁਦੇ ਹੈਗੇ। ਨਹੀਂ, ਚੇਅਰਮੈਨ ਤਾਂ ਪਹਿਲੀ ਵਾਰੀ, ਇਹਦੂ ਪਹਿਲਾਂ ਪਹਿਲਾਂ ਚੇਅਰਮੈਨ ਕੋਈ ਸਰਕਾਰੀ ਅਹੁਦੇ ਤੋਂ ਲੱਗਿਆ ਨਹੀਂ ਸੀ, ਚੇਅਰਮੈਨ ਪਹਿਲੀ ਵਾਰੀ ਲਗਾਏ ਗਏ, ਔਰ 3 ਬਠਿੰਡਾ ਤੋਂ, ਇਹ 3 ਬਠਿੰਡਾ ਸ਼ਹਿਰੀ ਤੋਂ ਲਗਾਏ ਗਏ। ਬਹੁਤ ਵੱਡੀ ਗੱਲ ਹੈ ਬਠਿੰਡੇ ਵਾਸਤੇ। ਹਾਂ, ਵੱਡੀ ਗੱਲ, ਅੱਛੀ ਗੱਲ ਹੈ, ਲੇਕਿਨ ਇਹਨੂੰ ਅਗਰ ਪੋਲੀਟੀਕਲ ਐਂਗਲ ਨਾਲ ਦੇਖਿਆ ਜਾਵੇ, ਜੋੜ ਕੇ, ਇਹ ਹੋ ਸਕਦਾ ਜਾਂ ਨਹੀਂ ਹੋ ਸਕਦਾ, ਇਹਦੇ 'ਚ ਕੁਛ ਵੀ ਹੋ ਸਕਦਾ, ਇਹ ਪੋਲੀਟੀਕਲ ਐਂਗਲ ਨਾਲ ਅਗਰ ਇਹਨੂੰ ਜੋੜ ਕੇ ਦੇਖਿਆ ਜਾਵੇ, ਠੀਕ ਹੈ, ਇਹਦੇ ਵਿੱਚ ਅਗਰ ਤੁਸੀਂ ਦੇਖੋ ਕਿ ਬਠਿੰਡਾ ਤੋਂ ਕਿਉਂ ਲਗਾਏ, ਕੱਲ ਪਹਿਲਾਂ ਪਹਿਲੀ ਲਿਸਟ 'ਚ ਬਠਿੰਡਾ ਦਾ ਨਾਮ ਆਇਆ, ਕਿਉਂ ਆਇਆ, ਇਹਦਾ ਇੱਕ ਪੋਲੀਟੀਕਲ ਐਂਗਲ ਇਹ ਹੋ ਸਕਦਾ ਹੈ ਕਿਉਂਕਿ 2024 ਦੇ ਵਿੱਚ ਇਲੈਕਸ਼ਨ ਨੇ, ਠੀਕ ਹੈ, ਜਿਸ ਤਰ੍ਹਾਂ ਦਾ ਫੀਡਬੈਕ ਬਠਿੰਡਾ ਤੋਂ ਜਾ ਰਿਹਾ, ਪੋਜ਼ਿਟਿਵ ਵਾਈਬ੍ਰੇਸ਼ਨ ਨਹੀਂ ਜਾ ਰਹੀ ਹੈ, ਕਿਉਂਕਿ ਬਠਿੰਡਾ ਨੂੰ ਕੋਈ ਮਿਨਿਸਟਰੀ ਨਹੀਂ ਦਿੱਤੀ ਗਈ, ਬਠਿੰਡਾ ਦੇ ਐਮਐਲਏ ਜਾਂ ਕੋਈ ਮਿਨਿਸਟਰੀ ਨਹੀਂ ਆਈ ਬਠਿੰਡੇ ਦੇ ਹਿੱਸੇ, ਇਸ ਕਰਕੇ ਚੇਅਰਮੈਨਸ਼ਿਪ ਬਠਿੰਡੇ ਨੂੰ ਦੇ ਕੇ ਇਹਨਾਂ ਲੋਕਾਂ ਨੂੰ ਐਕਟਿਵ ਕੀਤਾ ਜਾਊਗਾ ਤਾਂ ਕਿ ਇਹ ਲੋਕਾਂ ਨਾਲ ਜੁੜ ਕੇ ਲੋਕਾਂ ਦੇ ਕੰਮ ਕਰਾਣ, ਤਾਂ ਕਿ 2024 ਦੇ ਵਿੱਚ ਜਦੋਂ ਇਲੈਕਸ਼ਨ ਹੋਣ ਤਾਂ ਬਠਿੰਡਾ ਸੀਟ ਜਿਹੜੀ ਵਰਸਿਸ ਬਾਦਲ ਫੈਮਿਲੀ ਹੋਣੀ ਹੈ, ਕਿਉਂਕਿ ਇਹ ਬਾਦਲਾਂ ਦੀ ਸੀਟ ਹੈ, ਇਹ ਬਾਦਲ ਬੀਬਾ ਜੀ ਇੱਥੋਂ ਲੜਦੇ ਨੇ, ਇਹ ਵਰਸਿਸ ਬਾਦਲ ਫੈਮਿਲੀ ਹੋਣੀ ਹੈ। ਬਠਿੰਡਾ ਦਾ ਏਰੀਆ ਜਿਹੜਾ ਹੈ ਉਹ ਹਿੰਦੂ ਵੋਟਰ ਜ਼ਿਆਦਾ ਨੇ ਇੱਥੇ ਬਠਿੰਡਾ ਸਿਟੀ ਦੇ ਵਿੱਚੋਂ, ਬਾਦਲ ਐਂਡ ਕਾਂਗਰਸ ਵਰਸਿਸ ਦੋਨਾਂ ਦੀ ਹੋਊਗੀ, ਕਿਉਂਕਿ ਹੌਟ ਸੀਟ ਹੈ, ਕਿਉਂਕਿ ਉਦੋਂ ਫਿਰ ਕਾਂਗਰਸ ਦਾ ਵੀ ਬਹੁਤ ਬਹੁਤ ਵਧੀਆ ਅਧਿਕਾਰ ਰਿਹਾ, ਬਹੁਤ ਵਧੀਆ ਸਿਸਟਮ ਰਿਹਾ, ਪਲੱਸ ਹੁਣ ਆਮ ਆਦਮੀ ਪਾਰਟੀ ਨੇ, ਕਿਉਂਕਿ ਹੁਣੇ ਹੁਣੇ ਐਮ ਪੀ ਸੀ ਖਾ ਰਹੇ ਨੇ ਇਸ ਏਰੀਏ ਦੇ, ਉਧਰਲੇ ਏਰੀਏ ਨਾਲ ਲੱਗਦੇ ਏਰੀਏ ਦੇ ਵਿੱਚ, ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹਨਾਂ 3 ਲੋਕਾਂ ਨੂੰ ਲਗਾਇਆ ਗਿਆ, ਇਹਨਾਂ ਨੂੰ ਐਕਟਿਵ ਕੀਤਾ ਜਾਊਗਾ ਤਾਂ ਕਿ ਇਹ ਲੋਕ ਜਾ ਕੇ ਲੋਕਾਂ ਦੇ ਕੰਮ ਕਰਾਉਣ, ਲੋਕਾਂ ਦੀਆਂ ਸੁਣਨ, ਲੋਕਾਂ ਦੀਆਂ ਪ੍ਰੋਬਲਮਸ ਨੂੰ ਡਿਸਕਸ ਕਰਨ, ਉਹਨਾਂ ਦੇ ਕੰਮ ਕਰਾਉਣ, ਉਹ ਸਾਰਾ ਕੁਝ ਹੋਵੇ ਤਾਂ ਕਿ 2024 ਦੇ ਵਿੱਚ ਜਿੱਤਿਆ ਜਾ ਸਕੇ। ਜਿਹੜੀ ਲੋਕਾਂ ਦੀ ਸਭ ਨਾਲੋਂ ਵੱਡੀ ਸ਼ਿਕਾਇਤ ਸੀ ਵੀ ਬਠਿੰਡੇ ਨੂੰ ਕੋਈ ਮਿਨਿਸਟਰ ਨਹੀਂ ਦਿੱਤਾ ਜਾਂ ਬਠਿੰਡੇ ਦੇ ਲੋਕ ਦਾ ਨਾਮ ਨਹੀਂ ਆਉਂਦਾ ਕਿਸੇ ਪਾਸੇ, ਵੀ ਇੱਥੋਂ ਦਾ ਚੇਅਰਮੈਨ ਲਾ ਦਿੱਤਾ ਜਾਵੇ ਤੇ ਬਠਿੰਡੇ ਨੂੰ ਵੀ ਜਿਹੜਾ ਉਹ ਹਾਈਲਾਈਟ ਕੀਤਾ ਜਾਵੇ। ਬਿਲਕੁਲ, ਜਿਹੜੇ ਲੋਕਾਂ ਦੇ ਕੰਮ ਹੋ, ਸੋ 3 ਚੇਅਰਮੈਨ ਇਹ ਹੋ ਗਏ, ਇੱਕ 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 ਜ਼ਿੰਮੇਵਾਰੀ ਗਿੱਲ ਸਾਹਿਬ ਨੂੰ, ਜਿਹੜੇ ਐਮਐਲਏ ਨੇ ਬਠਿੰਡਾ ਸ਼ਹਿਰੀ ਦੇ, ਉਹਨਾਂ ਨੂੰ ਵੀ ਇੱਕ ਜ਼ਿੰਮੇਵਾਰੀ ਦਿੱਤੀ ਸੀ ਪਿੱਛੇ ਜੇ ਕਾਰਪੋਰੇਸ਼ਨ ਵਾਲੀ, ਠੀਕ ਹੈ, ਸੋ ਇਹ ਜਿਹੜੀ ਜ਼ਿੰਮੇਵਾਰੀਆਂ ਇਹਨਾਂ ਨੂੰ ਦੇ ਕੇ ਇਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਕਿ ਅਸੀਂ ਤੁਹਾਡਾ ਕੰਮ ਕਰਾਵਾਂਗੇ ਜਾਂ ਸਿਸਟਮ ਬਣਾਇਆ।
एक बड़ा शहर है, बहुत इंपॉर्टेंट शहर है, उन्होंने करने वास्ते कुछ ना कुछ कितना कितना कुछ ना कुछ तो तिकड़मबाजी लानी पड़ेगी। अच्छा, तो भाजी ये गल है। हाँ जी अच्छा, अक्सर आपां नूं लोक की कहिंदे आ फोन करके वी जिहड़ी गल तुसीं आपदी वीडियोज़ दे विच कर दिंदे हो ਉਹ 2-4 ਦਿਨਾਂ ਬਾਅਦ ਕੋਈ ਨਾ ਕੋਈ ਸਰਕਾਰੀ ਮੁਲਾਜ਼ਮ ਜਾਂ ਕੋਈ ਮੰਤਰੀ ਉਸ ਚੀਜ਼ ਅਨਾਉਂਸਮੈਂਟ ਕਰ ਦਿੰਦਾ। ਇਹ ਤੁਸੀਂ ਜਾਣਕਾਰੀ ਐਡਵਾਂਸ ਲੈ ਕੇ ਆਉਂਦੇ ਹੋ, ਤੁਹਾਡੇ ਗੁਪਤ ਸੂਤਰ ਜਿਹੜੇ ਹੈਗੇ ਬੜੇ ਤਗੜੇ ਲੱਗਦੇ ਮੈਨੂੰ ਪਤਾ ਤੁਸੀਂ ਹੈਗੇ ਕਿਹੜੀ ਕਿਹੜੀ ਉਹਦੇ ਨਾਲ ਗੱਲ ਕਰ ਰਹੇ ਹੋ। ਮੇਰੇ ਵੀ ਇੱਕ ਮਿੱਤਰ, ਉਹਨਾਂ ਦਾ ਵੀ ਫੋਨ ਆਇਆ ਸੀ, ਉਹਨਾਂ ਨੇ ਵੀ ਮੈਨੂੰ ਇਹੀ ਗੱਲ ਕਹੀ ਕਿ ਤੁਸੀਂ 2000 ਇੰਪਲੋਈ ਕਿਹਾ ਹਾਂ ਤੁਹਾਡੀ ਵੀਡੀਓ ਦੇ ਵਿੱਚ ਕਿ ਤੁਸੀਂ ਦੱਸਿਆ ਕਿ ਜੀ ਟਾਟਾ ਵਾਲਾ ਜਿਹੜਾ ਪਲਾਂਟ ਲੱਗ ਰਿਹਾ ਉੱਥੇ ਆ ਰੌਲਾ ਪਿਆ, ਤੇ ਉਹ ਅੱਜ ਕੀਤੀ, ਅੱਜ ਉਹਨਾਂ ਨੇ ਕਲੈਰਿਟੀ ਦਿੱਤੀ ਹੈ ਮਾਨ ਸਾਹਿਬ ਨੇ ਆਪਦੀ ਹਾਂ ਸਪੀਚ ਦੇ ਵਿੱਚ ਉਹ ਪਹਿਲਾਂ ਵੀ ਇੱਕ ਦੋ ਚੀਜ਼। ਵਾਰੀ ਹੋਇਆ ਆਪਣੇ ਨਾਲ। ਹਾਂ ਦੇਖੋ ਚੀਜ਼ਾਂ ਸਮਝਣ ਦੀ ਲੋੜ ਹੈ, ਕੋਈ ਚੀਜ਼ ਕੋਈ ਨਵੀਂ ਨਹੀਂ ਹੋ ਰਹੀ। ਮੈਂ ਨਾ ਅਸੀਂ ਇੱਕ ਅਗਰ ਪੋਲੀਟੀਕਲ ਐਨਾਲਿਸਟ ਦੀ ਹਿਸਾਬ ਨਾਲ ਦੇਖਿਆ ਜਾਵੇ, ਸਫੋਲਜਿਸਟ ਦੇ ਹਿਸਾਬ ਨਾਲ ਦੇਖਿਆ ਜਾਵੇ, ਸਫੋਲਜੀ ਦੇ ਵਿੱਚ ਅਗਰ ਜਾ ਕੇ ਡੂੰਘਾ ਦੇਖਿਆ ਜਾਵੇ, ਤਾਂ ਇੰਡੀਆ ਦੇ ਵਿੱਚ ਜਿਹੜਾ ਕੁਝ ਹੋ ਰਿਹਾ ਹੈ ਇਹ ਜੀਆਂ ਚੀਜ਼ਾਂ ਪਹਿਲਾਂ ਦੂਜੇ ਦੇਸ਼ਾਂ ਦੇ ਵਿੱਚ ਹੋ ਚੁੱਕੀਆਂ ਨੇ। ਠੀਕ ਹੈ। ਕ੍ਰੋਨੀ ਕੈਪੀਟਲਿਜ਼ਮ, ਅਗਰ ਕ੍ਰੋਨੀ ਕੈਪੀਟਲਿਜ਼ਮ ਦੀ ਗੱਲ ਕੀਤੀ ਜਾਵੇ ਤਾਂ ਉਹ ਅਮਰੀਕਾ ਦੇ ਵਿੱਚ ਜ਼ਿਆਦਾ ਹੁੰਦੀ ਹੈ। ਲੋਕਾਂ ਦਾ ਦਬਾਅ ਜਿਹੜਾ ਹੈ ਉਹ ਹੁਣ ਜ਼ਿਆਦਾ ਅੱਛਾ ਵਧਣ ਲੱਗ ਗਿਆ, ਲੋਕ ਜ਼ਿਆਦਾ ਇੰਟੈਲੀਜੈਂਟ ਹੋਣ ਲੱਗੇ, ਕਿਉਂਕਿ ਆਹ ਸਾਰੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਪਹਿਲਾਂ ਹੁੰਦੀਆਂ ਸੀ। ਠੀਕ ਹੈ। ਪੀਪਲ ਸੈਂਟ੍ਰਿਸਿਟੀ ਜ਼ਿਆਦਾ ਆ ਗਈ ਹੈ ਕਿਉਂਕਿ ਅਮਰੀਕਾ ਦੇ ਵਿੱਚ ਸੀਗੀ, ਲੋਕ ਬੋਲਣ ਲੱਗ ਗਏ ਨੇ, ਲੋਕ ਡਿਸਕਸ ਕਰਨ ਲੱਗ ਆਵਾਜ਼ ਗਏ ਨੇ, ਉਠਾਉਣ ਲੱਗ ਆਵਾਜ਼ ਗਏ। ਉਠਾਉਣ ਲੱਗ ਗਏ ਨੇ, ਔਰ ਲੋਕਾਂ ਨੂੰ ਤਰੀਕਾ ਪਤਾ ਲੱਗ ਗਿਆ ਕਿ ਅਸੀਂ ਆਵਾਜ਼ ਕਿਹੋ ਜਿਹਾ ਲੈਣ, ਕਿਹੋ ਜਿਹੀ ਉਠਾਉਣੀ ਹੈ। ਲੀਡਰਸ ਨੂੰ ਉਸ ਚੀਜ਼ਾਂ ਨਾਲ ਫਰਕ ਪੈਣ ਲੱਗ ਗਿਆ, ਇਹ ਅਮਰੀਕਾ, ਕੈਨੇਡਾ ਜਿਹੜੀ ਡਿਵੈਲਪਡ ਕੰਟਰੀਜ਼ ਉਹਨਾਂ ਵਿੱਚ ਜ਼ਿਆਦਾ ਹੁੰਦੀਆਂ ਸੀ। ਸੋ ਕਈ ਪੈਟਰਨ ਏਜੇ ਨੇ ਜਿਹੜੇ ਤੁਹਾਨੂੰ ਹਮੇਸ਼ਾ ਉਧਰੋਂ, ਅਗਰ ਤੁਸੀਂ ਉਹਨਾਂ ਨੂੰ ਪੁਰਾਣਾ, ਅਗਰ ਉਹਨਾਂ ਦੀ ਹਿਸਟਰੀ ਦੇਖੋਗੇ, ਅਗਰ ਤੁਸੀਂ ਉਹਨਾਂ ਨੂੰ ਅਗਰ ਹਿਸਟਰੀ ਦੇ ਵਿੱਚ ਉਹਨਾਂ ਨੂੰ ਅਗਰ ਤੁਸੀਂ ਫੋਲੋ ਕੀਤਾ ਤਾਂ ਉਹ ਪੈਟਰਨ ਇੰਡੀਆ ਦੇ ਵਿੱਚ ਹੁਣ ਲਾਗੂ ਹੋ ਰਿਹਾ। ਅੱਛਾ, ਫਿਰ ਹੁਣ ਆਪਾਂ ਅਮਰੀਕਾ ਨੂੰ ਫੋਲੋ ਕਰ ਰਹੇ ਹਾਂ। ਦੇਖੋ ਅਮਰੀਕਾ ਨੂੰ ਫੋਲੋ ਕਰ ਰਹੇ ਹਾਂ ਜਾਂ ਉਹਨਾਂ ਦੇ ਸਿਸਟਮ ਨੂੰ ਫੋਲੋ ਕਰ ਰਹੇ, ਕਿਉਂਕਿ ਡਿਵੈਲਪਡ ਕੰਟਰੀ ਸੀ, ਹੁਣ ਆਪਾਂ ਡਿਵੈਲਪ ਹੋ ਰਹੇ ਹਾਂ, ਕਿਸੇ ਟਾਈਮ ਹੋਰ ਡਿਵੈਲਪਿੰਗ ਸੀ, ਹੁਣ ਆਪਾਂ ਡਿਵੈਲਪਿੰਗ ਆ ਆਪਾਂ। ਹਾਂ ਕਈ ਚੀਜ਼ਾਂ ਉੱਥੇ ਮਾਡਰਨਾਈਜ਼ ਪਹਿਲਾਂ ਹੋ ਗਈਆਂ ਸੀ, ਇੱਥੇ ਹੁਣ ਹੋ ਰਹੀਆਂ ਨੇ। ਸੋ ਗਲੋਬਲਾਈਜੇਸ਼ਨ ਦਾ ਫਾਇਦਾ ਹੀ ਹੁੰਦਾ ਕਿ ਹਰੇਕ ਚੀਜ਼ ਇੱਕ ਇੱਕ ਤਰੀਕੇ ਨਾਲ ਹਰੇਕ ਜਗ੍ਹਾ ਸੇਮ ਹੋਣ ਲੱਗ ਜਾਂਦੀ ਮਤਲਬ ਹੈ। ਘੁੰਮ ਕੇ ਆਉਣਾ ਹੀ ਆਉਣਾ ਹੈ, ਆਪਣੀ ਵਾਰੀ ਸੋ ਉਹ ਆਉਣੀ। ਚੀਜ਼ਾਂ ਹੋ ਰਹੀਆਂ ਨੇ, ਤਾਂ ਟੈਕਟਿਕਸ ਵੀ ਉਹੋ ਜਿਹੇ ਹੀ ਹੁੰਦੇ ਨੇ, ਆਲਮੋਸਟ ਸੇਮ ਹੀ ਟੈਕਟਿਕਸ ਹੁੰਦੇ ਨੇ। ਕੁਝ ਚੀਜ਼ਾਂ ਇੰਟਰਨਲ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ, ਕੁਝ ਸੂਤਰ ਹੁੰਦੇ ਨੇ, ਕੁਝ ਤੁਹਾਡੇ ਆਪਦੀ ਨੌਲੇਜ ਹੁੰਦੀ ਹੈ, ਕੁਝ ਤੁਹਾਡੀ ਆਪਦੀ ਅਸੰਪਸ਼ਨ ਹੁੰਦੀ ਹੈ। ਪਰ ਉਹ ਕਹਿੰਦੇ ਹੁੰਦੇ ਨੇ ਵੀ ਆਪਾਂ 20-25 ਸਾਲ ਉਹਨਾਂ ਤੋਂ ਪਿੱਛੇ ਚੱਲਦੇ ਹਾਂ, ਮਿਲਣਾ ਤਾਂ ਹੁਣ ਗੈਪ ਆਪਾਂ ਨਹੀਂ ਕਵਰ ਕਰ ਬਹੁਤ, ਲਿਆ ਦੇਖੋ ਨਾ। ਜੀ ਬਹੁਤ ਜ਼ਿਆਦਾ ਗੈਪ ਨਹੀਂ ਹੈ, ਠੀਕ ਠੀਕ ਹੈ। ਕਈ ਚੀਜ਼ਾਂ ਦੇ ਵਿੱਚ ਆਪਾਂ ਅੱਗੇ ਹਾਂ, ਆਪਾਂ ਬਹੁਤ ਜਲਦੀ ਗੈਪ ਕਵਰ ਕਰ ਲਿਆ, ਕਈ ਚੀਜ਼ਾਂ ਦੇ ਵਿੱਚ ਆਪਾਂ ਅੱਗੇ ਹਾਂ, ਪਰ ਕਈ ਚੀਜ਼ਾਂ ਦੇ ਵਿੱਚ ਹਲੇ ਆਪਾਂ ਪਿੱਛੇ ਹਾਂ। ਕਈ ਅੱਛਾ ਇਹ ਚੀਜ਼ਾਂ ਜਿਹਦੇ ਵਿੱਚ ਆਪਾਂ ਪਿੱਛੇ ਹਾਂ, ਕਈ ਚੀਜ਼ਾਂ ਦੇ ਵਿੱਚ ਆਪਾਂ ਉਹਨਾਂ ਨੂੰ ਅੱਗੇ ਚੱਲ ਰਹੇ ਹਾਂ, ਕਈ ਚੀਜ਼ਾਂ ਆਪਾਂ ਕਵਰ ਕਰ ਲਿਆ, ਕਿਤੇ ਬਰਾਬਰ ਹਾਂ, ਕਿਤੇ ਅੱਗੇ ਹਾਂ, ਤੇ ਕਈ ਚੀਜ਼ ਜ਼ਿਆਦਾਤਰ ਚੀਜ਼ਾਂ ਵਿੱਚ ਹਲੇ ਆਪਾਂ ਪਿੱਛੇ ਹਾਂ, ਪਰ ਆਪਾਂ ਬਹੁਤ ਜਲਦੀ ਉਹਨਾਂ ਦੇ ਨੇੜੇ ਪਹੁੰਚ ਜਾਵਾਂਗੇ ਜਾਂ ਉਹਨਾਂ ਨੂੰ ਪਾਰ ਕਰ ਜਾਵਾਂਗੇ। ਚਲੋ ਆਪਾਂ ਬਹੁਤ ਛੇਤੀ ਉਹ ਗੱਲਾਂ ਵੀ ਦੱਸਾਂਗੇ ਇਹਨਾਂ ਨੂੰ, ਆਪਣੇ ਦੇਖਣ ਵਾਲੇ ਨੂੰ ਵੀ ਕਿਹੜੀਆਂ ਗੱਲਾਂ 'ਚ ਆਪਾਂ ਅੱਗੇ ਹਾਂ, ਤੇ ਉਹ ਵੀ ਗੱਲਾਂ ਦੱਸਾਂਗੇ ਕਿਹੜੀਆਂ ਗੱਲਾਂ 'ਚ ਆਪਾਂ ਹਜੇ ਪਿੱਛੇ ਹਾਂ। ਬਿਲਕੁਲ। ਅੱਜ ਦੀ ਇਸ ਚਰਚਾ ਨੂੰ ਆਪਾਂ ਇੱਥੇ ਰੋਕਦੇ ਹਾਂ। ਅੱਛਾ ਭਰਾਵੋ, ਤੁਹਾਨੂੰ ਇਹ ਚਰਚਾ ਅੱਜ ਦੀ ਕਿੱਦਾਂ ਦੀ ਲੱਗੀ? ਜੇ ਤੁਹਾਡਾ ਕੋਈ ਸੁਝਾਅ ਹੈ ਤਾਂ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸੋ, ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਤੁਸੀਂ ਕਮੈਂਟ ਦੇ ਵਿੱਚ ਆਪਣੀ ਜਿਹੜੀ ਹੈ ਉਹ ਫੋਨ ਨੰਬਰ ਜਾਂ ਕੋਈ ਜਾਣਕਾਰੀ ਉਹਦੇ ਵਿੱਚ ਦੱਸੋ, ਅਸੀਂ ਆਪ ਤੁਹਾਨੂੰ ਕੰਟੈਕਟ ਕਰਾਂਗੇ, ਤੇ ਕੱਲ ਫਿਰ ਕੁਝ ਹੋਰ ਨਵੀਆਂ ਗੱਲਾਂ ਨਵੇਂ ਮੁੱਦੇ ਦੇ ਨਾਲ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਭਾਜੀ। ਤਾਂ ਫਿਰ ਠੀਕ ਹੈ ਭਾਜੀ, ਸਤਿ ਸ਼੍ਰੀ ਅਕਾਲ। ਤੁਸੀਂ ਵੀ ਥੱਕੇ ਹੋਏ ਹੋਣਾ, 2-4 ਦਿਨ ਤੁਸੀਂ ਬਾਹਰ ਲੱਗੇ ਹੋ, ਤੇ ਸਵਾਲ ਬਹੁਤ ਨੇ। ਕੱਲ ਫਿਰ ਆਪਾਂ ਜਿਹੜੇ ਤੁਸੀਂ ਨਵੀਂ ਜਾਣਕਾਰੀ ਲੈ ਕੇ ਆਏ ਹੋ ਉਹਨਾਂ ਤੇ ਨਵੇਂ ਮੁੱਦੇ ਤੇ ਗੱਲ ਕਰਾਂਗੇ, ਬਿਲਕੁਲ ਕੁਝ ਹੋਰ ਸਵਾਲਾਂ ਕਰਾਂਗੇ, ਤੇ ਮਿਲਦੇ ਹਾਂ ਕੱਲ। ਸਤਿ ਸ਼੍ਰੀ ਅਕਾਲ। Thank you.